अस्सलाम वालेकुम दोस्तों, मैं थोड़ा मेज़बान मियां मोहम्मद रसूल गट्टू। तो अज मैं अपने किसान दोस्तों वास्ते लिया, जिस तरीके सारे किसान जानते हैं भी गंदम की फसल पक के तैयार होने वाली है, तो कोई एक महीने को बाद तकरीबन जी फसल पक जाएगी, उस बाद तूड़ी का सीजन शुरू हो जाएगा। तो तूड़ी के जो मशीन ने ना चापर वगैरह इन्हों की हम मुरम्मत का काम शुरू हो गया है। तो यह मशीन खरीद अलग मिस्त्री साहब है, इन्हों से पूछने भी की चीज़ा बदलनिया जरूरी ने। अस्सलाम वालेकुम अलहत भाई, वाह हाल चाल अलहत, इस मशीन का की बदल दे जी तुसा? असि जनाब इन ब्लेड बदलते पै, अच्छा जाल बदलते पै, अच्छा रबड़ी बुश बदलते पै। और रबड़ी बुश पहले जाल जाल केड़ा जाल मैं बखाओ, ਜਾਲ ਉਹ ਪਿਛਾ ਪਈ, ਅੱਛਾ ਉਹ ਸਾਹਮਣੇ ਆ ਜਾਲ ਪਿਛਾ ਤੇ ਕਾਟ ਦੇ ਰੱਖ ਦੇ, ਅੱਛਾ ਇੱਥੇ ਰਬੜੀ ਬੋਸ਼ ਕਿਹੜੇ ਨੇ? ਆ ਰਬੜੀ ਬੋਸ਼ ਨੇ, ਅੱਛਾ ਇਹ ਦੋਸਤ ਆ ਰਬੜੀ ਬੋਸ਼ ਹੈ, ਇਹਦੇ ਵਿੱਚ ਵੀ ਆ ਨਾ, ਇੱਥੇ ਵੀ ਆ, ਅੱਛਾ ਰਬੜੀ ਬੋਸ਼ ਬਦਲਦੇ ਪਏ, ਅੱਛਾ ਪਿਛਾ ਬਲੇਡ ਬਦਲਦੇ ਨੂੰ, ਇਹ ਬਲੇਡ ਕਿਹੜੇ ਹੈਗੇ ਨੇ? ਇਹ ਵਾਲੇ ਆ ਬਲੇਡ ਬਦਲਦੇ ਨੇ, ਇਹ ਬਲੇਡ ਦੋਸਤੋ, ਇਹ ਸਾਰੇ ਬਲੇਡ ਜਿਹੜੇ ਨੇ ਨਵੇਂ ਪਾਵਣਗੇ, ਇਹ ਗਸ ਚੁੱਕੇ ਹੈਗੇ ਨੇ। ਤੇ ਕੋਈ ਬੈਲਟ ਬੁਲਟ ਵੀ ਬਦਲਨੇ ਨੇ ਜਾਂ ਬੈਲਟਾਂ ਦੀ ਲੋਡ ਕੋਈ ਨਹੀਂ? ਬੈਲਟਾਂ ਚੈੱਕ ਕਰਨਾ ਹੈ, ਬੈਲਟਾਂ ਚੈੱਕ ਚੁੱਕ ਕਰਕੇ ਤੇ ਉਸ ਤੋਂ ਬਾਅਦ ਪਿਛਾ ਪਰ ਨਵੇਂ ਪਾਉਂਦੇ ਪੈ। ਅੱਛਾ ਹੋਰ ਕੀ ਕਰ ਰਹੇ ਜੀ? ਪਰ ਨਵੇਂ ਪਾਉਂਦੇ ਪੈ। ਉਹ ਪਰ ਕਿੱਥੇ ਹੁੰਦੇ ਨੇ? ਪਰ ਕਿੱਥੇ ਹੁੰਦੇ ਨੇ? ਪਰ ਇੱਥੇ ਗਏ ਜੀ, ਇੱਥੇ ਪਰ ਹੁੰਦੇ। ਅੱਛਾ ਅੱਛਾ ਠੀਕ ਹੋ ਦੋਸਤੋ, ਇੱਥੇ ਪਰ ਹੁੰਦੇ ਨੇ ਤੇ ਇਹ ਪਰ ਵੀ ਨਵੇਂ ਪਾਉਂਦੇ ਪਏ ਨੇ, ਕਟਰ ਵੀ ਨਵੇਂ ਪਾਉਂਦੇ ਪਏ ਨੇ। ਹਾਂਜੀ ਰਿਪੇਅਰਿੰਗ ਦੀ ਸਾਰੀ ਕਰਦੇ ਪਏ, ਬੈਰਿੰਗ ਵੀ ਕਹਿੰਦੇ ਨੇ, ਕੋਈ ਟੁੱਟਾ ਵੱਜਾ ਹੋਵੇਗਾ ਤਾਂ ਬੈਰਿੰਗ ਵੀ ਪਾਵੇਗਾ। ਬਰਾਕਟ ਵਿੱਚ ਜਿਹੜੇ ਨਾ ਬੈਰਿੰਗ ਬਰਾਕਟ ਸਾਰੇ ਚੈੱਕ ਕਰਦੇ ਪਏ, ਬੈਰਿੰਗ ਬਰਾਕਟ ਸਭ ਚੈੱਕ। ਹਾਂਜੀ ਤੇ ਚੈਨ ਚੂਨ? ਚੈਨ ਚੂਨ ਬਕਾਇਆ ਸਾਰੀ ਰਿਪੇਅਰ ਹੁੰਦੀ ਪਈ ਹੈ ਸਾਰੀ ਮਸ਼ੀਨ। ਅੱਛਾ ਤੇ ਇਹਦੇ ਤੇ ਕੋਈ ਅੰਦਾਜ਼ਾ ਹੈ ਵੀ ਕਿੰਨਾ ਕੁ ਖਰਚਾ ਹੋ ਜਾਂਦਾ ਹੈ ਰਿਪੇਅਰਿੰਗ ਕਰਨ ਤੇ? ਠੀਕ ਰਿਪੇਅਰਿੰਗ ਕਰਨ ਤੇ ਕੋਈ ਅੰਦਾਜ਼ਾ? ਠੀਕ ਰਿਪੇਅਰਿੰਗ ਹੋ ਸਕਦੀ ਹੈ ਰੁਪਈਏ 50-60 ਹਜ਼ਾਰ, 60 ਕੁ ਹਜ਼ਾਰ ਲੱਗਦਾ ਹੈਗਾ, ਲੱਗਦਾ ਹੈ ਚੰਗੀ ਰਿਪੇਅਰਿੰਗ ਹੋ ਸਕਦੀ ਜਿਹਦੇ 'ਚ ਨਵੀਂ ਹੋ ਸਕਦੀ। ਅੱਛਾ ਅੱਛਾ ਦੋਸਤੋ, 60 ਕੁ ਹਜ਼ਾਰ ਦਾ ਖਰਚਾ ਆਉਂਦਾ ਹੈਗਾ ਜੇ ਜੇ ਅਗਰ ਬੰਦਾ ਇਸ ਨੂੰ ਦੁਬਾਰਾ ਰਿਪੇਅਰ ਕਰਦਾ ਹੈ ਤਾਂ? ਚੱਪੂ ਛੱਪੂ ਵੀ ਨਵੇਂ ਲੱਗਣੇ ਨੇ। ਅੱਛਾ ਇਹਨਾਂ ਦਾ ਕੀ ਕੰਮ ਹੈ? ਥੋੜ੍ਹੀ ਦੂਸਰੇ ਕਿ ਨਾੜ ਲਿਜਾਉਂਦੇ ਨੇ? ਨਾੜ ਅਗਾਂ ਲਿਜਾਉਂਦੇ ਨੇ ਦੁਬਾਰਾ। ਅੱਛਾ ਅੱਛਾ ਦੋਸਤੋ, ਇਹ ਅੱਗ ਹੈਗਾ ਜੇ ਇਹ ਨਾ ਖਿੱਚ ਕੇ ਅੱਗੇ ਲਿਜਾਉਂਦਾ ਜਿਸ ਤਰੀਕੇ ਹਾਰਵੈਸਟਰ ਦਾ ਹੁੰਦਾ, ਇਹਦੀ ਟੈਂਕੀ ਕਿਹੜੀ ਸਾਈਡ ਤੇ ਹੈ? ਦਾਣੇ ਵਾਲੀ? ਹਾਂ ਕੋਈ ਹੈ ਇਲਮ? ਦਾਣੇ ਵਾਲੀ ਹੈ ਵਿੱਚ। ਅੱਛਾ ਦੋਸਤੋ, ਇਹ ਵੇਖ ਲਓ, ਇਹ ਰੂਟਾਵੇਟਰ ਤਰ੍ਹਾਂ ਇਹਨਾਂ ਨਾਲ ਮੇਰਾ ਖਿਆਲ, ਇਹਨੂੰ ਕੀ ਕਹਿੰਦੇ ਨੇ? ਕੋਈ ਹੈ ਬਕਸਾ? ਅੱਛਾ ਉਹ ਬਕਸਾ ਹੈਗਾ ਜੇ, ਗੇਅਰ ਬਕਸਾ ਜਿਹਨੂੰ ਕਹਿੰਦੇ ਨੇ। ਇਹ ਸਾਰੇ ਇਹ ਗੁੱਲਾ ਨਜ਼ਰ ਆਉਂਦਾ ਪਿਆ, ਇਹ ਪੀਟੀਓ ਸ਼ਾਫਟ ਚੱਲਦੀ ਹੈ ਤੇ ਉਹ ਗੇਅਰ ਬਕਸਾ ਚੱਲਦਾ ਤੇ ਬੈਲਟ ਘੁਮਾਉਂਦੇ ਨੇ ਤੇ ਨਿੱਕਾ ਕਰੀਏ ਮੋਟਰਸਾਈਕਲ ਪਰ ਆਏਗੀ ਇਹਦੀ ਦਾਣੇ ਵਾਲੀ ਟੈਂਕੀ ਜਿੱਥੇ ਛਾਣਨਾ ਹੈ। ਅੱਛਾ ਇਹਦੇ ਛਾਣਨੇ 'ਚ ਦਾਣੇ ਥੱਲੇ ਗਏ ਤਾਂ ਥੱਲੇ ਟੈਂਕੀ ਹੁੰਦੀ ਮਾਣਕ ਦੀ, ਮਾਣਕ ਦੀ ਠੀਕ ਹੋ ਗਿਆ। ਤੇ ਇਸੇ ਦਾ ਵੀ ਇਸ ਮਸ਼ੀਨ ਦਾ ਵੀ ਸਾਰਾ ਕੁਝ ਐਵੇਂ ਹੀ ਹੈ? ਹਾਂਜੀ ਹਾਂਜੀ ਐਵੇਂ ਹੀ ਹੈ, ਇਹ ਵੀ ਰਿਪੇਅਰਿੰਗ ਹੋਣੀ ਹੈ, ਉਵੇਂ ਹੀ ਹੋਣੀ ਦੋਸਤੋ। ਇਹ ਬੁਸ਼ ਬੈਲਟ ਬੈਰਿੰਗ ਤੇ ਜਾਲ, ਇਹ ਜਾਲ ਤੁਹਾਨੂੰ ਵਿਖਾਉਣੇ ਜਨਾਬ, ਇਹ ਜਾਲ ਹੈਗੇ ਜੀ, ਇਹ ਜਾਲ ਵੇਖ ਸਕਦੇ ਜੀ, ਇਹ ਜਾਲ ਨਵੇਂ ਪੈਵਣਗੇ ਤੇ ਇਹਦੇ ਵਿੱਚ ਬਲੇਡ ਫਿੱਟ ਹੋਣਗੇ ਜਿਹੜੇ ਉੱਧਰ ਤੁਸੀਂ ਵੇਖ ਲੈਣੇ। ਤੇ ਇਹ ਬੈਲਟ ਬੈਰਿੰਗ ਕੋਈ ਵੀ ਕਮੀ ਬੇਸ਼ੀ ਹੋਈ ਨਾ ਇਹਨੂੰ ਹੁਣੇ ਸੁੱਤਰ ਕਰ ਲਵਣਗੇ, ਤਾਂ ਕਿ ਜਿਹੜਾ ਨਾ ਸੀਜ਼ਨ ਦੇ ਵਿੱਚ ਬੰਦੇ ਨੂੰ ਖਰਾਬ ਨਾ ਕਰੇ, ਕਿਉਂਕਿ ਉਸੇ ਫਿਰ ਇੱਕ ਇੱਕ ਮਿੰਟ ਬੜਾ ਕੀਮਤੀ ਹੁੰਦਾ ਹੈ। ਤੇ ਦੋਸਤੋ, ਜਿੰਨੇ ਵੀ ਕਿਸਾਨ ਬਾਈ ਜਿਹੜੇ ਵੀ ਹੈਗੇ ਨੇ ਨਾ, ਉਹ ਆਪਣੇ ਆਪਣੇ ਇਹ ਜਿਹੜੇ ਚਾਪੜ ਦੇ ਮਸ਼ੀਨਾਂ ਨੂੰ ਉਹਨਾਂ ਦੀ ਓਵਰਹਾਲਿੰਗ ਜਾਂ ਉਹਨਾਂ ਨੂੰ ਨਾ ਦੁਬਾਰਾ ਮੁਰੰਮਤ ਕਰਵਾ ਲਵਣ, ਕਿਉਂਕਿ ਇੱਕ ਮਹੀਨੇ ਤੋਂ ਬਾਅਦ ਸੀਜ਼ਨ ਸ਼ੁਰੂ ਹੋ ਜਾਵੇਗਾ ਤੇ ਫਿਰ ਜਿਹੜੇ ਦੋਸਤ ਹੈਗੇ ਨੇ ਨਾ ਪਰੇਸ਼ਾਨੀ ਨਾ ਹੋਵੇਗੀ। ਤੇ ਮੇਰਾ ਖਿਆਲ ਹੈ ਵੀ ਹੁਣ ਤੁਹਾਨੂੰ ਸਮਝ ਆ ਗਈ ਹੋਵੇਗੀ ਵੀ ਕੀ ਚੀਜ਼ਾਂ ਇਸ ਦੀਆਂ ਲਾਜ਼ਮੀ ਚੈੱਕ ਕਰਨੀਆਂ ਹੁੰਦੀਆਂ ਨੇ। ਪਹਿਲੇ ਨੰਬਰ 'ਤੇ ਬੈਰਿੰਗ, ਬੈਲਟ, ਕਟਰ, ਜਾਲ ਅਤੇ ਆ ਰਬੜਾਂ ਰੁਬੜਾਂ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਇਸ ਦੀਆਂ ਲਾਜ਼ਮੀ ਤੁਸੀਂ ਠੀਕ ਕਰਿਆ ਹੈ। ਅਤੇ ਫਿਰ ਜਨਾਬ ਇਹ ਤੁਹਾਡੀ ਮਸ਼ੀਨ ਤਿਆਰ ਹੋ ਜਾਵੇਗੀ। ਅਤੇ ਹੁਣ ਮੈਂ ਅਤੇ ਦੋਸਤੋ, ਮੇਰਾ ਖਿਆਲ ਹੈ ਤੁਹਾਨੂੰ ਸਾਰੇ ਕਿਸਾਨ ਭਾਈਆਂ ਨੂੰ ਸਮਝ ਲੱਗ ਗਈ ਹੋਵੇਗੀ। ਅਤੇ ਹੁਣ ਮੈਂ ਅੱਲਾਹ ਤਾਲਾ ਮਿਸਤਰੀ ਸਾਹਿਬ ਤੋਂ ਇਜਾਜ਼ਤ ਲੈਣਾ। ਅਤੇ ਅੱਲਾਹ ਤਾਲਾ ਭਾਈ ਬੜੀ ਮਿਹਰਬਾਨੀ, ਤੁਸੀਂ ਕੀਮਤੀ ਟਾਈਮ ਦਿੱਤਾ। ਅਤੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ, ਜਿਨ੍ਹਾਂ ਦੋਸਤਾਂ ਨੇ ਵੀਡੀਓ ਵੇਖੀ ਹੈ ਤਾਂ ਕਮੈਂਟ ਕਰਕੇ ਕੋਈ ਵੀ ਸਵਾਲ ਦਾ ਜਵਾਬ ਕਰ ਸਕਦੇ ਨੇ। ਅਤੇ ਹੁਣ ਮੈਨੂੰ ਇਜਾਜ਼ਤ ਦਿਓ, ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਗੱਟੂ, ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।